ਉਹਦੇ ਕਰਕੇ ਇੱਕ ਤਾਂ ਇਹ ਜਿਹੜਾ ਅਸੀਂ ਸੀ ਪੀ ਜਿਹੜਾ ਹੈਗਾ ਆਫਿਸ ਹੈ ਜਾਂ ਜਿਹੜੇ ਕਸਤੋਪ ਸ਼ਰਮਾ ਜੀ ਕਮਿਸ਼ਨਰ ਲੱਗੇ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਸੁੱਤੇ ਹੋਏ ਲੋਕ ਹੈ ਇਹਨਾਂ ਨੂੰ ਜਾਗ ਨਹੀਂ ਆਉਂਦੀ ਜਿੰਨਾ ਚਿਰ ਇਹਨਾਂ ਨੂੰ ਜਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਖੜਕਾਇਆ ਨਹੀਂ ਜਾਂਦਾ ਗੇਟ 'ਤੇ ਆ ਕੇ ਇਹਨਾਂ ਦੇ ਮੈਂ ਅੱਜ ਦੀ ਗੱਲ ਕਰਦਾ ਤਾਂ ਮੈਂ ਸੈਟਿਸਫਾਈਡ ਹਾਂ ਕਿਉਂਕਿ ਇੱਕ ਹਾਰਡਕੋਰ ਆਦਮੀ ਜਿਹਨੂੰ ਮੇਰੇ ਵਰਗਾ ਆਦਮੀ ਐਕਸਪੈਕਟ ਨਹੀਂ ਕਰਦਾ ਸੀ ਕਿ ਐਡੀ ਜਲਦੀ ਫੜਿਆ ਜਾਊਗਾ ਮੇਰੇ ਏਜੰਡੇ 'ਚ ਨਹੀਂ ਸੀ ਦੋ ਚਾਰ ਮਹੀਨੇ ਅਜੇ ਤੱਕ ਕਿਉਂਕਿ ਇਹਦੇ ਕੋਲ ਬਹੁਤ ਪੈਸਾ ਨਿਚੋੜਨ ਵਾਸਤੇ ਮਤਲਬ ਪੈਸਾ ਹੈਗਾ ਉਹ ਕਹਿੰਦੇ ਇਹ ਤਾਂ ਹੈ ਹੀ ਕੁਛ ਹੀ ਨਹੀਂ ਹਾਂਜੀ ਹਾਂ ਤਾਂ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਇਹਨਾਂ ਦੀ ਗੱਲ ਠੀਕ ਹੈ ਉਹਨੂੰ ਛੱਡੀਏ ਆਪਾਂ ਗੱਲ ਪੈਸਾ ਤਾਂ ਨਾ ਹੁੰਦਾ ਤਾਂ ਫਿਰ ਕੀ ਲੋੜ ਸੀ ਇਹਨੂੰ ਇੱਥੇ ਬੈਠਣ ਦੀ ਇਸ ਦੇ ਬਾਵਜੂਦ ਵੀ ਬਤੌਰ ਵਿਟਨੈਸ ਜੇ ਮੈਨੂੰ ਲਿਆ ਗਿਆ ਤਾਂ ਇਹਨੂੰ ਪੁਲਿਸ ਦੀ ਜਿਹੜੀ ਹੈਗੀ ਹੈ ਸਹੀ ਕਾਰਗੁਜ਼ਾਰੀ ਹੀ ਕਹਾਂਗੇ ਨਾ ਹੁਣ ਤਾਂ ਮੈਂ ਵਿੱਚ ਆ ਗਿਆ ਨਾ ਹੁਣ ਤਾਂ ਮੈਨੂੰ ਕੱਢਿਆ ਨਹੀਂ ਜਾ ਸਕਦਾ ਮੈਨੂੰ ਰੋਕਿਆ ਜਾ ਸਕਦਾ ਸੀ ਠੀਕ ਹੈ ਕਿਉਂਕਿ ਮੇਰੀ ਸੁਣਵਾਈ ਕੋਈ ਨਹੀਂ ਹੈਗੀ ਆਏ ਨੂੰ ਹੁਣ ਵਾਪਸ ਨਹੀਂ ਕੀਤਾ ਜਾ ਸਕਦਾ ਹੁਣ ਮੈਂ ਸਾਰੀ ਐਵੀਡੈਂਸ ਦੇਊਂਗਾ ਤੇ ਫਿਰ ਜੇ ਪੁਲਿਸ ਠੀਕ ਕੰਮ ਕਰ ਰਹੀ ਹੈ ਤਾਂ ਪੁਲਿਸ ਠੀਕ ਕੰਮ ਕਿਉਂ ਕਰ ਰਹੀ ਹੈ ਕਿਉਂਕਿ ਉੱਤੋਂ ਠੀਕ ਕਰਵਾਇਆ ਜਾ ਰਿਹਾ ਇਹ ਨਹੀਂ ਕਿ ਵਿਜੀਲੈਂਸ ਠੀਕ ਕਰ ਰਹੀ ਹੈ ਵਿਜੀਲੈਂਸ ਤੋਂ ਠੀਕ ਕਰਵਾਇਆ ਜਾ ਰਿਹਾ ਇਹਦੇ ਸੀਨੀਅਰ ਅਫਸਰਾਂ ਨੂੰ ਇਹ ਹੁਕਮ ਹੈ ਇਸ ਤੋਂ ਉੱਪਰ ਸਰਕਾਰ ਦਾ ਹੁਕਮ ਹੈ ਤੇ ਇਸ ਕਰਕੇ ਸਰਕਾਰ ਤੱਕ ਜਾਂਦੇ ਅਸੀਂ ਵੀ ਚੰਗੀ ਗੱਲ ਕਰ ਰਹੇ ਹਾਂ ਬਿਲਕੁਲ ਜੀ ਜਿਹੜੇ ਪੀਰੀਅਡ ਹੈਗੇ ਆ ਜੇ ਉਹ ਸਾਡੇ ਕੋਲੇ ਆਉਣਗੇ ਤਾਂ ਨੈਚੁਰਲੀ ਆ ਵੀ ਅਸੀਂ ਇਸ ਪਾਸੇ ਲੌਕ ਕਰਾਂਗੇ ਪਹਿਲਾਂ ਦੇਖੋ ਜਿਹੜਾ ਕੋਈ ਜਨਰਲੀ ਕੇਸ ਆਉਂਦਾ ਹੈਗਾ ਤਾਂ ਸੀਪੀ ਸਰ ਕੋਲੇ ਜਾਂਦੇ ਆ ਕੋਈ ਸਾਡੇ ਪੁਲਿਸ ਦਾ ਪਰਸਨਲ ਕੋਈ ਇਸ਼ੂ ਹੁੰਦਾ ਉਹ ਵੀ ਜਾਂਦੇ ਆ ਇੱਕ ਪ੍ਰੋਟੋਕਾਲ ਬਣਿਆ ਹੋਇਆ ਸਟੈਪ ਵਾਈਜ਼ ਪਰ ਫਿਰ ਵੀ ਜਿਹੜੀ ਸਾਡੇ ਕੋਲ ਆਉਣਗੇ ਤਾਂ 100% ਜਿਹੜਾ ਹੈਗਾ ਉਹਦਾ ਅਸੀਂ ਜਵਾਬ ਦੇਵਾਂਗੇ ਦੇਖੋ ਤੁਹਾਨੂੰ ਆਪਾਂ ਨੂੰ ਇਸ ਗੱਲ ਦਾ ਪਤਾ ਹੀ ਹੈਗਾ ਕਿ ਆਲਰੇਡੀ ਕਿੰਨੀ ਦੇਰ ਦਾ ਇਹ ਚੱਲ ਰਿਹਾ ਹੈਗਾ ਕੇਸ ਇਹਨਾਂ ਦਾ ਸੋ ਇਹਦੇ 'ਚ ਅਪਸ ਐਂਡ ਡਾਊਨ ਹੁੰਦੇ ਰਹਿੰਦੇ ਆ ਪਰ ਸਾਡੇ ਲਈ ਤਾਂ ਆਲ ਆਰ ਇਕੁਅਲ ਇਨ ਦਾ ਲੋਅ ਆਪਾਂ ਅਸੀਂ ਤਾਂ ਸਾਰਿਆਂ ਨੂੰ ਇੱਕ ਗਿਣਦੇ ਹਾਂ ਜੀ ਐਂਡ ਲੋਫੁਲੀ ਸਾਰਾ ਕਰਾਂਗੇ